ਦੇ ਪੁੱਤਰ ਸਰੰਦ ਵਿਖੇ ਪਹੁੰਚਾਏ ਗਏ ਆ, ਠੰਡੇ ਬੁਰਜ ਵਿੱਚ ਬੰਦ ਕੀਤਾ ਗਿਆ, ਜਿੱਥੇ ਸਿਆਸੀ ਕੈਦੀਆਂ ਨੂੰ ਸਜ਼ਾ ਦਿੱਤੀ ਜਾਂਦੀ ਸੀ, ਜਿੱਥੇ ਗਰਮੀ ਵਿੱਚ ਵੀ ਠੰਡ ਵਾਲਾ ਹੀ ਮੌਸਮ ਬਣਿਆ ਰਹਿੰਦਾ ਸੀ। ਇੱਥੇ ਸਾਹਿਬਜ਼ਾਦਿਆਂ ਨੂੰ ਬੰਦ ਕੀਤਾ, ਇੱਧਰ ਅੱਠ ਕੋਹ ਨੂੰ ਚਮਕੌਰ ਦੀ ਜੰਗ ਸਮਾਪਤ ਹੋਈ। ਉਹ ਸੂਬਾ ਵਜੀਦ ਖਾਨ ਬੜਾ ਖਿਜਿਆ ਵੀ ਗੁਰੂ ਗੋਬਿੰਦ ਸਿੰਘ ਮੇਰੇ ਏਡੇ ਵੱਡੇ ਘੇਰੇ ਚੋਂ ਨਿਕਲ ਗਿਆ। ਜਦੋਂ ਉਹਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਤੇ ਉਹਦੀ ਮਾਤਾ ਮੇਰੇ ਸਿਪਾਹੀਆਂ ਨੇ ਗ੍ਰਿਫਤਾਰ ਕਰ ਲਿਆ, ਉਹਨੂੰ ਬੜੀ ਖੁਸ਼ੀ ਹੋਈ। ਆਖਿਆ ਮੈਂ ਕੋਈ ਤੇ ਕੋਈ ਔਰੰਗਜ਼ੇਬ ਨੂੰ ਮੂੰਹ ਵਿਖਾਉਣ ਜੋਗਾ ਰਹਿ ਗਿਆ ਨਾ। ਇੱਕ ਦਿਨ ਗੁਰੂ ਗੋਬਿੰਦ ਸਿੰਘ ਇਹਨਾਂ ਨੂੰ ਬੱਚਿਆਂ ਨੂੰ ਛਡਾਉਣ ਵਾਸਤੇ ਸਰਕਾਰ ਦੇ ਆਪ ਹਵਾਲੇ ਕਰੇਗਾ, ਉਹ ਮੇਰੀ ਚਿੰਤ ਵਾਲਾ ਦਿਨ ਹੋਏਗਾ। ਸਾਹਿਬਜ਼ਾਦਿਆਂ ਨੂੰ ਬੰਦ ਕੀਤਾ ਗਿਆ, ਹਲਕਾਰਾ ਆਇਆ, ਉਹਨੇ ਆਖਿਆ ਮਾਤਾ ਜੀ ਅੱਜ ਰੋਟੀ ਤੇ ਮਿਲੇਗੀ ਕੈਦੀਆਂ ਵਰਗੀ, ਪਰ ਅੱਜ ਕੋਈ ਕੱਪੜਾ ਨਹੀਂ ਮਿਲੇਗਾ ਕਿਉਂਕਿ ਸਰਕਾਰ ਦਾ ਹੁਕਮ ਐਸਾ ਹੈ। ਮਾਤਾ ਜੀ ਨੇ ਬੱਚਿਆਂ ਵੱਲੇ ਵੇਖਿਆ ਤੇ ਮੁਸਕਰਾ ਕੇ ਕਹਿਣ ਲੱਗੇ, ਇਹ ਕੜਕਦੀ ਹੋਈ ਸਰਦੀ ਇਹ ਸਿਰਾਂ ਤੇ ਠਾਰ ਸਕਦੀ ਹੈ, ਇਹ ਕੜਕਦੀ ਹੋਈ ਸਰਦੀ ਵਾਤਾਵਰਨ ਤੇ ਕੰਬਾ ਸਕਦੀ ਹੈ, ਪਰ ਮੇਰੇ ਦਿਲ ਦੇ ਜਜ਼ਬੇ ਨੂੰ ਇਹ ਠੰਡਾ ਨਹੀਂ ਕਰ ਸਕਦੀ। ਮੈਂ ਸਭ ਕੁਝ ਆਪਣੇ ਉੱਤੇ ਝੱਲਾਂਗੀ। ਧੰਨ ਮਾਤਾ ਗੁਜਰੀ ਜੀ ਕੁੜਤੀ ਵਜੋਂ ਹੀ ਆਪਣਿਆਂ ਪੋਤਰਿਆਂ ਨੂੰ ਸਿੱਖਿਆ ਦਿਆ ਕਰਦੇ ਸੀ, ਬੇਟਿਓ ਅੱਜ ਪਰਖਾਂ ਦਾ ਵੇਲਾ ਆ ਗਿਆ, ਤੁਹਾਡੇ ਦਾਦੇ ਬਾਬੇ ਧਰਮ ਵਾਸਤੇ ਆਪਾਂ ਨਿਸ਼ਾਵਰ ਕਰ ਗਿਆ। ਬੇਟਿਓ ਤੁਸੀਂ ਉਮਰਾਂ ਵਿੱਚ ਛੋਟੇ ਹੋ, ਪਰ ਗੁਰੂ ਗੋਬਿੰਦ ਸਿੰਘ ਦੇ ਨੌ ਨਿਹਾਲ ਵੇਖਿਓ, ਕਿਤੇ ਤੁਹਾਡਾ ਕਰਕੇ ਸਿੱਖੀ ਦਾਗਦਾਰ ਨਾ ਹੋ ਜੇ। ਦਾਦੀ ਮਾਂ ਨੇ ਕੀ ਸਿੱਖਿਆ ਦਿੱਤੀ, ਮਾਵਾਂ ਅੱਜ ਦੀਆਂ ਸੁਣਨ। ਧੰਨ ਮਾਤਾ ਗੁਜਰੀ ਆਪਣਿਆਂ ਪੋਤਰਿਆਂ ਨੂੰ ਕਹਿ ਰਿਹਾ, ਬੇਟਿਓ ਤੁਸੀਂ ਉਮਰਾਂ ਵਿੱਚ ਬੜੇ ਛੋਟੇ ਜੀ, ਪਰ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੀਰ ਪੁੱਤਰ ਹੋ। ਬੇਟਿਓ ਅਣਖਾਂ ਵਾਲੇ ਮਰ ਮਿਟਦੇ ਆ, ਪਰ ਆਪਣੀ ਅਣਖ ਕਦੇ ਨਹੀਂ ਗਵਾਉਂਦੇ। ਸੂਰਮਿਆਂ ਨੂੰ ਤਲਵਾਰਾਂ ਕਦੇ ਡਰਾ ਨਹੀਂ ਸਕਦੀਆਂ, ਮਰਦਾਂ ਨੂੰ ਦੌਲਤ ਕਦੇ ਖਰੀਦ ਨਹੀਂ ਸਕਦੀ। ਬੇਟਿਓ ਤੁਸੀਂ ਉਮਰਾਂ ਵਿੱਚ ਬਹੁਤ ਛੋਟੇ ਹੋ, ਸ਼ਹੀਦ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹੋ, ਤੁਹਾਡੇ ਅੰਦਰ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਰੂਹ ਹੈ। ਮੈਂ ਜਾਣਦੀ ਹਾਂ ਤੁਸੀਂ ਆਪਣੀ ਕਰਨੀ ਉੱਤੇ ਪੂਰੇ ਉਤਰੋਗੇ। ਬੇਟਿਓ ਕਦੇ ਕਦੇ ਮੌਕਾ ਬਣਦਾ ਜਦੋਂ ਕੌਮਾਂ ਦੀ ਜ਼ਿੰਦਗੀ ਦੀ ਨਈਆ ਡੁੱਬ ਰਹੀ ਹੋਵੇ, ਫਿਰ ਉੱਥੇ ਸਿਰਾਂ ਦੇ ਚੱਕੂਆਂ ਦੀ ਲੋੜ ਪੈਂਦੀ ਹੈ, ਵਿਗੜੀ ਸਵਾਰਨ ਵਾਸਤੇ ਕੁਰਬਾਨੀਆਂ ਦੀ ਲੋੜ ਪੈਂਦੀ ਹੈ। ਤੁਸੀਂ ਜਾਣਦੇ ਕੋਈ ਮਰੀਜ਼ ਮਰ ਰਿਹਾ ਹੋਵੇ ਤੇ ਡਾਕਟਰਾਂ ਦੀ ਰਾਏ ਹੁੰਦੀ ਹੈ ਕਿ ਇਹਦੇ ਵਿੱਚ ਖੂਨ ਦੀ ਬੜੀ ਕਮੀ ਆ, ਇਹਨੂੰ ਖੂਨ ਦੀਆਂ ਬੋਤਲਾਂ ਚੜਾਈਆਂ ਜਾਣ। ਮਰਦੇ ਬੰਦੇ ਨੂੰ ਖੂਨ ਦੇ ਕੇ ਬਚਾ ਲਿਆ ਜਾਂਦਾ, ਜਦੋਂ ਕੌਮਾ ਮਰਨ ਲੱਗਣ ਨਾ ਸ਼ਹੀਦ ਆਪਣਾ ਖੂਨ ਡੋਲ ਕੇ ਉਹਨਾਂ ਕੌਮਾਂ ਨੂੰ ਨਵੀਂ ਜ਼ਿੰਦਗੀ ਦਿੰਦੇ। ਧੰਨ ਮਾਤਾ ਗੁਜਰੀ ਜੀ ਕੈਸੀ ਸਿੱਖਿਆ ਦੇ ਰਹੇ ਆ। ਮੈਂ ਇੱਥੇ ਮੋਤੀ ਰਾਮ ਮਹਿਰੇ ਦੀ ਵੀ ਗੱਲ ਕਰਾਂ, ਉਹਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਫਰਜੰਦ ਉਹਨਾਂ ਦੀ ਬਜ਼ੁਰਗ ਮਾਤਾ ਠੰਡੇ ਬੁਰਜ ਬੰਦ ਆ, ਆਂਦੇ ਘਰੋਂ ਗਰਮ ਗਰਮ ਦੁੱਧ ਲੈ ਕੇ ਆਇਆ, ਪਰ ਪਹਿਰੇਦਾਰ ਨੇ ਅੰਦਰ ਨਹੀਂ ਜਾਣ ਦਿੱਤਾ। ਇਤਿਹਾਸ ਵਿੱਚ ਜ਼ਿਕਰ ਹੈ ਕਿ ਉਹ ਮੋਤੀ ਰਾਮ ਮਹਿਰਾ ਘਰ ਵਿੱਚ ਗਿਆ, ਆਪਣੀ ਘਰਵਾਲੀ ਦੇ ਸਾਰੇ ਗਹਿਣੇ ਲਾ ਕੇ ਉਸ ਪਹਿਰੇਦਾਰ ਨੂੰ ਗਹਿਣਿਆਂ ਦਾ ਲਾਲਚ ਦੇ ਕੇ ਤੇ ਮਾਤਾ ਗੁਜਰੀ ਜੀ ਨੂੰ ਤੇ ਬੱਚਿਆਂ ਨੂੰ ਗਰਮ ਗਰਮ ਦੁੱਧ ਛਕਾਇਆ। ਮਾਤਾ ਗੁਜਰੀ ਜੀ ਕਹਿ ਰਹੀ ਵੀ ਜਿਉਣ ਜੋਗਿਆ ਮੋਤੀ ਰਾਮਾ, ਜਿਹੜਾ ਦੁੱਧ ਸਾਡੇ ਸਰਾਣੇ ਸੇਵਾਦਾਰ ਲੈ ਕੇ ਖਲੋਤੇ ਹੁੰਦੇ ਸੀ, ਅੱਜ ਤੂੰ ਸਰਕਾਰ ਤੋਂ ਚੋਰੀ ਪਿਆ ਰਿਹਾ, ਤੇਰੀ ਸੇਵਾ ਨੂੰ ਮੇਰਾ ਪਾਤਸ਼ਾਹ ਭਾਗ ਲਾਵੇ। ਸਿੰਘੋ ਜਦੋਂ ਇਸ ਗੱਲ ਦਾ ਪਤਾ ਜ਼ਾਲਮ ਸਰਕਾਰ ਨੂੰ ਲੱਗਾ ਤੇ ਇਸ ਇਮਜ ਵਿੱਚ ਕੀ ਡਨ ਦਿੱਤਾ, ਉਸ ਮੋਤੀ ਰਾਮ ਮਹਿਰੇ ਦਾ ਸਾਰਾ ਹੀ ਪਰਿਵਾਰ ਕ੍ਰੋਧੂ ਦੇ ਵਿੱਚ ਦੀ ਟਵੀਟ ਦਿੱਤਾ ਗਿਆ। ਪਰ ਉਹ ਮਰਦ ਸੇਵਾ ਕਰਕੇ ਗੁਰੂ ਦੇ ਪੁੱਤਰਾਂ ਦੀ ਤੇ ਦੁਨੀਆਂ ਉੱਤੇ ਜਿਉਣ ਜੋਗਾ ਨਾ ਛੱਡ ਗਿਆ। ਉਹ ਗਲਾਸ ਛੋਟੇ ਅਜੇ ਵੀ ਉੱਥੇ ਮੌਜੂਦ ਆ, ਤੁਸੀਂ ਉਹਨਾਂ ਦੇ ਦਰਸ਼ਨ ਕਰ ਸਕਦੇ।
ਮੋਤੀ ਰਾਮ ਮਹਿਰਾ ਦਾ ਸੁੰਦਰ ਗੇਟ ਬਣਿਆ ਜਦੋਂ ਆਪਾਂ ਮਰਿੰਡੇ ਤੋਂ ਫਤਿਹਗੜ੍ਹ ਸਾਹਿਬ ਨੂੰ ਆਉਂਦੇ ਹਾਂ। ਚੰਗੇ ਬੰਦੇ ਨੇਕ ਕੰਮ ਕਰਕੇ ਦੁਨੀਆਂ ਉੱਤੇ ਆਪਣਾ ਜੋੜ ਜੋਗਾ ਨਾ ਛੱਡ ਜਾਂਦੇ ਹਨ। ਇੱਥੇ ਮਾਤਾ ਗੁਜਰੀ ਦੀ ਸਿੱਖਿਆ ਦੇ ਰਹੇ ਹਾਂ ਸੂਬਾ ਸਰਹੰਦ, ਉਧਰੋਂ ਆਪਣੇ ਸਿਪਾਹੀਆਂ ਨੂੰ ਭੇਜਦਾ 11 ਪੋਹ ਵਾਲੇ ਦਿਨ ਵੀ ਜਾਓ ਬੱਚਿਆਂ ਨੂੰ ਮੇਰੀ ਕਚਹਿਰੀ ਪੇਸ਼ ਕੀਤਾ ਜਾਵੇ। ਨੰਗੀਆਂ ਤਲਵਾਰਾਂ ਦੀ ਛਾਂ ਹੇਠਾਂ ਸਭ ਜਾਦਿਆਂ ਨੂੰ ਖੜਦਾ ਉਹਨਾਂ ਫੈਸਲਾ ਕਰ ਲਿਆ। ਮਾਤਾ ਗੁਜਰੀ ਜੀ ਤੋਂ ਸਿੱਖਿਆ ਲੈ ਕੇ ਸਾਹਿਬ ਜਾਦੇ ਉਹਨਾਂ ਸਿਪਾਹੀਆਂ ਦੇ ਨਾਲ ਸੂਬੇ ਦੀ ਕਚਹਿਰੀ ਨੂੰ ਜਾ ਰਹੇ ਆ। ਸੂਬਾ ਸਰਹੰਦ ਮਜੀਦ ਖਾਨ ਬੜੀ ਬੇਸਬਰੀ ਨਾਲ ਡੀਕ ਰਿਹਾ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਆਉਣਗੇ, ਮੈਂ ਇੱਕ ਦਮਕਾ ਮਾਰਾਂਗਾ, ਉਹ ਆਪਣਾ ਇਮਾਨ ਛੱਡ ਦੇਣਗੇ, ਮੈਂ ਕਹੂੰਗਾ ਤੁਸੀਂ ਮੁਸਲਮਾਨ ਬਣ ਜਾਓ, ਉਹ ਧਰਮ ਤਬਦੀਲ ਕਰ ਜਾਣਗੇ। ਪਰ ਉਹ ਸੂਬਾ ਸਰਹੰਦ ਇੱਕ ਰਾਹ ਹੈਰਾਨ ਰਹਿ ਗਿਆ ਜਦੋਂ ਸਾਹਿਬਜ਼ਾਦਿਆਂ ਨੇ ਬੁਲੰਦ ਆਵਾਜ਼ ਵਿੱਚ ਜਕਾਰਾ ਲਾਇਆ। ਸੂਬੇ ਦੀ ਖਾਨੇ ਹੋ ਗਈ, ਉਹਨੇ ਆਖਿਆ ਇਹਨਾਂ ਬੱਚਿਆਂ ਦੀ ਇਹ ਜੁਰਤ। ਸੁੱਚਾ ਦੱਤ ਨੇ ਆਖਿਆ ਇਹ ਤੁਹਾਡਾ ਕੋਈ ਅਕਾਲ ਤਖ਼ਤ ਨਹੀਂ, ਇਹ ਅਨੰਦਪੁਰ ਨਹੀਂ, ਇਹ ਸੂਬਾ ਸਰਹੰਦ ਮਜੀਦ ਖਾਨ ਦੀ ਕਚਹਿਰੀ ਹੈ, ਇੱਥੇ ਝੋਕੇ ਸਲਾਮ ਆਉਣੀ ਪਊਗੀ। ਉਹਨੇ ਆਖਿਆ ਸਾਨੂੰ ਵਿਰਸੇ ਵਿੱਚ ਫਤਿਹ ਮਿਲੀ ਆ ਤੇ ਅਸੀਂ ਮਰਦੇ ਤਦ ਤੱਕ ਫਤਿਹ ਬੁਲਾਉਂਦੇ ਰਹੇ। ਸੂਬਾ ਸਰਹੰਦ ਮਜੀਦ ਖਾਨ ਬੜੀ ਹਲੀਮੀ ਨਾਲ ਕਹਿਣ ਲੱਗਾ, ਓਏ ਬੱਚਿਓ ਇਹ ਜਾਨਾਂ ਗਵਾਉਣ ਵਾਸਤੇ ਥੋੜੀਆਂ ਮਿਲੀਆਂ, ਇਹ ਜ਼ਿੰਦਗੀ ਹਟਾਉਣ ਵਾਸਤੇ ਮਿਲੀ ਆ। ਜਿੱਦ ਛੱਡ ਦਿਓ ਤੁਹਾਨੂੰ ਬੇਗਮਾਂ ਦੇ ਡੋੜੇ ਦੇ ਦੂੰਗਾ, ਜਗੀਰਾਂ ਤੁਹਾਡੇ ਨਾਲ ਆ ਦੂੰਗਾ, ਸੁੰਦਰ ਮਹਿਲ ਮਾੜੀਆਂ ਵਿੱਚ ਆਪਣੀ ਐਸ਼ ਤੇ ਜ਼ਿੰਦਗੀ ਬਤੀਤ ਕਰੋ। ਪਰ ਸਾਹਿਬਜ਼ਾਦਿਆਂ ਨੇ ਸਾਰੇ ਦੇ ਸਾਰੇ ਸੁੱਖ ਜਿਹੜੇ ਆ ਉਹ ਠੁੱਡੇ ਦੀ ਨੋਕ ਦੇ ਨਾਲ ਟਕਰਾ ਕੇ ਰੱਖੇ। ਇੱਥੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਸਾਡਾ ਧਰਮ ਕਿੱਥੇ ਖੜੋਤਾ। ਸਿੰਘੋ ਗੌਰ ਕਰੋ, ਇੱਕ ਪਾਸੇ ਮੌਤ ਖਲੋਤੀ ਆ ਤੇ ਇੱਕ ਪਾਸੇ ਸਾਰੇ ਦੁਨੀਆ ਦੇ ਸੁੱਖ। ਸੂਬਾ ਸਰਹੰਦ ਮਜੀਦ ਖਾਨ ਜਿੰਨਾ ਚਿਰ ਜੀਵਾਂਗੇ ਉਹਨਾਂ ਚਿਰ ਆਪਣੇ ਧਰਮ ਵਿੱਚ ਰਹਿ ਕੇ ਜੀਵਾਂਗੇ। ਇੱਥੋਂ ਸਾਨੂੰ ਸਿੱਧ ਲੈਣੀ ਚਾਹੀਦੀ ਹੈ ਕਿ ਸਿੱਖ ਨੂੰ ਧਰਮ ਵਿੱਚ ਰਹਿਣਾ ਕਿੰਨਾ ਅਤਿ ਜ਼ਰੂਰੀ ਹੈ। ਸਾਹਿਬਜ਼ਾਦਿਆਂ ਨੂੰ ਫਿਰ ਠੰਡੇ ਬੁਰਜ ਵਿੱਚ ਬੰਦ ਕੀਤਾ ਗਿਆ। ਮਾਤਾ ਗੁਜਰੀ ਜੀ ਫਿਰ ਆਪਣੇ ਬੱਚਿਆਂ ਨੂੰ ਉਸੇ ਤਰ੍ਹਾਂ ਸਿੱਖਿਆ ਦੇ ਰਹੀ ਆ। ਇੱਧਰ ਸੁੱਚਾ ਨੰਦ ਨੇ ਆਗਿਆ ਲਈ, ਨਾਜ਼ਮ ਸਾਹਿਬ ਜੇ ਮੈਨੂੰ ਆਗਿਆ ਦਿਓ ਤੇ ਮੈਂ ਉਸ ਮੁੰਡੀ ਨੂੰ ਸਮਝਾ ਕੇ ਵੇਖ ਲਾ, ਸ਼ਾਇਦ ਉਹ ਮੇਰੀ ਗੱਲ ਮੰਨਦੀ। ਆਗਿਆ ਲੈ ਕੇ ਠੰਡੇ ਬੁਰਜ 'ਚ ਆ ਗਿਆ ਤੇ ਲੰਮੀਆਂ ਲੰਮੀਆਂ ਡਰਾਉਣੀਆਂ ਕਹਾਣੀਆਂ ਮਾਤਾ ਜੀ ਨੂੰ ਸੁਣਾਉਣ ਲੱਗ ਪਿਆ। ਮਾਤਾ ਜੀ ਸੂਬੇ ਦੇ ਰਾਤੇ ਬੜੇ ਵਿਗੜ ਗਏ, ਆਪਣੇ ਪੋਤਿਆਂ ਦੇ ਹੱਥੋਂ ਹੱਥ ਧੋ ਬਹਿ ਗਈ, ਇਹ ਜੇ ਛੱਡ ਕੇ ਮੁਸਲਮਾਨ ਬਣ ਜਾਣ ਇਹਨਾਂ ਨੂੰ ਮੂੰਹ ਮੰਗੇ ਇਨਾਮ ਦਿੱਤੇ ਜਾਣਗੇ। ਮਾਤਾ ਗੁਜਰੀ ਜੀ ਨੇ ਵੇਖਿਆ ਤੇ ਕਿਹਾ ਸੁੱਚਾ ਨੰਦਾ ਇਉਂ ਲੱਗਦਾ ਵੀ ਤੇਰੇ ਅੰਦਰ ਕੋਈ ਧਰਮ ਨਹੀਂ ਰਹਿ ਗਿਆ, ਤੂੰ ਆਪਣੀ ਐਨਕ ਨਾਲ ਦੂਜਿਆਂ ਨੂੰ ਵੇਖ ਲਾ, ਇਹਨੂੰ ਪਤਾ ਨੀ ਤੂੰ ਗੱਲ ਕਿਉਂ ਨਾ ਕਰ ਰਿਹਾ। ਜਿਹਨੇ ਆਪਣਾ ਸੁਹਾਗ ਦੂਜਿਆਂ ਵਾਸਤੇ ਕੁਰਬਾਨ ਕਰਕੇ ਰੱਖ ਦਿੱਤਾ ਤੇ ਤੂੰ ਉਹਦੇ ਪੋਤਰਿਆਂ ਨੂੰ ਡਰਾਉਣ ਵਾਸਤੇ ਆਇਆ, ਇਹ ਮਰਨੀ ਤੇ ਮਰ ਜਾਣਗੇ ਪਰ ਆਪਣਾ ਕਦੇ ਧਰਮ ਤਬਦੀਲ ਨਹੀਂ ਕਰਨਗੇ। ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਸਿੱਖਿਆ ਦੇ ਰਹੇ ਆ। ਅੱਜ 12 ਪੋਹ ਦੀ ਰਾਤ ਹੈ, 13 ਪੋਹ ਦਾ ਦਿਨ ਚੜ੍ਹਨ ਵਾਲਾ ਹੈ। ਮਾਤਾ ਗੁਜਰੀ ਜੀ ਨੇ ਆਖਿਆ ਬੇਟਿਓ ਅੱਗੇ ਨਿਤਨੇਮ ਤੁਸੀਂ ਆਪਣਾ ਆਪੇ ਕਰਦੇ ਜੀ, ਅੱਜ ਮਾਤਾ ਤੁਹਾਨੂੰ ਸੁਣਾਉਂਗੀ ਤੇ ਤੁਸੀਂ ਸੁਣਿਓ, ਪੰਥ ਦੀਓ ਬੱਚਿਓ। ਕੋਈ ਸਾਡੇ ਵਿੱਚ ਇਹੋ ਜਿਹੀ ਹੈ ਜਿਹੜੀ ਮਾਤਾ ਗੁਜਰੀ ਜੀ ਦੀ ਰੀਸ ਕਰਕੇ ਆਪਣੇ ਬੱਚੇ ਦੇ ਕੰਨਾਂ ਵਿੱਚ ਜਾਪ ਦੀ ਸਰੋਤ ਪਾ ਰਹੀ ਹੋਵੇ? ਕੋਈ ਹੈ ਧਰਮੀ ਬਾਪ? ਉਹ ਬੇਟਾ ਸ਼ਾਮਾਂ ਦਾ ਸਮਾਂ ਹੋ ਗਿਆ, ਮੈਨੂੰ ਰਹਿ ਰਸਤਾ ਪਾਰ ਸੁਣਾ। ਹੈਗੇ ਧਰਮੀ ਮਾਪੇ, ਹੈਗੀਆਂ ਧਰਮੀ ਮਾਵਾਂ ਜਿਹੜੀਆਂ ਅੱਜ ਵੀ ਆਪਣੇ ਬੱਚਿਆਂ ਨੂੰ ਸਿੱਖੀ ਦੀ ਲੋਰੀ ਦਿੰਦੀਆਂ ਔਰ ਸਿੱਖੀ ਵਿੱਚ ਕਿਰਪਾ ਕਰਦੀਆਂ। ਸਤਿਗੁਰੂ ਕਿਰਪਾ ਕਰੇ ਤੋ ਮਾਤਾ ਗੁਜਰੀ ਜੀ ਨੇ ਸਿੱਖਿਆ ਦਿੱਤੀ, ਬੇਟਿਓ ਅੱਗੇ ਮਿਹਨਤ ਮਿਹਨਤ ਤੁਸੀਂ ਆਪਣਾ ਕਰਦੇ ਜੇ, ਅੱਜ ਮਾਤਾ ਤੁਹਾਨੂੰ ਸੁਣਾਓ ਤੇ ਤੁਸੀਂ ਸੁਣੇ।
ਅਨਮਾਰਨਾ ਗੁਜਰੀ ਜੀ ਨੇ ਆਪਣੇ ਬੱਚਿਆਂ ਨੂੰ ਧਰਮ ਤੋਂ ਨਿਸ਼ਾਵਰ ਹੋਣ ਦੀ ਫਿਰ ਸਿੱਖਿਆ ਦਿੱਤੀ ਆ। ਹੋਰ ਨਹੀਂ ਮਾਤਾ ਗੁਜਰੀ ਜੀ ਤੇ ਵਿਛੜ ਚੁੱਕੀ ਆਪਣੀ ਨੂੰ ਮਾਤਾ ਜੀਤੋ ਜੀ ਦਾ ਚੇਤਾ ਆ ਗਿਆ। ਮਾਤਾ ਜੀਤੋ ਜੀ ਜਿਹਦੀ ਪਾਵਨ ਮੁਖ ਵਿੱਚੋਂ ਛੋਟਿਆਂ ਤਿੰਨਾਂ ਸਾਹਿਬਜ਼ਾਦਿਆਂ ਦੇ ਜਨਮ ਹੋਏ ਸੀ। ਵੱਡਾ ਸਾਹਿਬਜ਼ਾਦਾ ਮਾਤਾ ਸੁੰਦਰੀ ਜੀ ਦੀ ਪਾਵਨ ਮੁਖ ਤੋਂ ਉਹਨਾਂ ਦਾ ਜਨਮ ਪੌਂਟਾ ਸਾਹਿਬ ਦੀ ਧਰਤੀ ਤੇ ਹੋਇਆ ਸੀ। ਮਾਤਾ ਜੀਤੋ ਜੀ ਬਾਬਾ ਫਤਿਹ ਸਿੰਘ ਜੀ ਜਦੋਂ 2 ਸਾਲ ਦੇ ਸੀ ਜਦੋਂ ਇਸ ਸੰਸਾਰ ਨੂੰ ਉਹਨਾਂ ਨੇ ਅਨਵਿਦਾ ਕੀਤਾ ਆਪਣੇ ਪੁੱਤਾਂ ਦੀ ਬਾਹ ਆਪਣੀ ਸੱਸ ਦਾਦੀ ਮਾਂ ਦੇ ਹੱਥ ਵਿੱਚ ਫੜਾ ਕੇ ਆਖਿਆ ਬੇਟਾ ਮਾਤਾ ਜੀ ਇਹ ਮੇਰੇ ਪਿਆਰ ਦੇ ਮੋਹ ਦੇ ਬਾਗ ਦੇ ਫੁੱਲ ਆ ਇਹਨਾਂ ਦੀ ਪਰਵਰਿਸ਼ ਸ਼ੁਰੂ ਕਰਨੀ ਆ। ਮਾਤਾ ਗੁਜਰੀ ਜੀ ਆਪਣੀ ਵਿਛੜ ਚੁੱਕੀ ਨੂੰਹ ਦਾ ਚੇਤਾ ਆ ਗਿਆ ਤੇ ਕਹਿ ਰਹੀ ਮਨ ਦੇ ਬਲਬਲੇ ਹਨ ਮਾਤਾ ਕਹਿ ਰਹੀ ਜੀਤੋ ਰਾਣੀ ਨੇ ਸੱਚਖੰਡ ਵਿੱਚੋਂ 2 ਮਿੰਟ ਵਧਾਰੇ ਲੈ ਕੇ ਆ ਜਾ ਆਪਣੇ ਪੁੱਤਰਾਂ ਦੀਆਂ ਬਰਾਤਾਂ ਚੜ੍ਹਦੀਆਂ ਵੇਖ ਲਾ ਇਹ ਲਾੜੀ ਮੌਤ ਨੂੰ ਵਿਆਹਣ ਜਾ ਰਹੀ। ਧੰਨ ਮਾਤਾ ਗੁਜਰੀ ਜੀ ਅਜੇ ਕੱਲ ਦੀਆਂ ਗੱਲਾਂ ਆਨੰਦਪੁਰ ਦੀਆਂ ਰੌਣਕਾਂ ਸਾਰੀਆਂ ਉੱਜੜ ਪੁੱਜੜ ਗਈਆਂ। ਇਕਲੌਤਾ ਬੇਟਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਨਾਲ 2 ਭਰ ਜਾਂਦਾ ਉਹਦੇ ਨਾਲ ਕੀ ਬੀਤੀ ਹੋਏਗੀ ਮਾਤਾ ਨੂੰ ਕੋਈ ਖਬਰ ਨਹੀਂ। ਦੇ ਲੈ ਕੇ ਜ਼ਿੰਦਗੀ ਵਿੱਚੋਂ 2 ਪੋਤੇ ਰਹਿੰਦੇ ਛੋਟੇ ਜਿਨ੍ਹਾਂ ਨੂੰ ਸੂਬਾ ਸਰਹੰਦ ਹਜ਼ੂਰ ਖਾਨ ਦੀ ਕਚਹਿਰੀ ਵਿੱਚ ਬੋਲ ਰਹੇ ਆ ਬੱਚੇ ਮੌਤ ਨੂੰ ਮਿਲਣ ਜਾ ਰਹੇ ਆ ਕਿਸੇ ਖੇਡ ਦੇ ਮੈਦਾਨ ਵਿੱਚ ਨਹੀਂ। ਅੱਜ ਕਿਤੇ ਮਾਂ ਦੀ ਮਮਤਾ ਵੇਖਣੀ ਹੋਵੇ ਬੱਚਾ ਬਾਹਰ ਖੇਡਣ ਜਾਵੇ ਇਹ ਮਾਂ ਸਿੱਖਿਆ ਦਿੱਤੀ ਬੇਟਾ ਵੇਖੀ ਕਿਤੇ ਸੱਟ ਨਾ ਲਵਾ ਲੈਣ ਤੇਰੇ ਕਿਤੇ ਕੱਪੜੇ ਨਾ ਗੰਦੇ ਹੋ ਜਾਣ ਕਿਸੇ ਨਾਲ ਲੜਕੇ ਨਹੀਂ ਆਉਣਾ ਤੇ ਜਲਦੀ ਵਾਪਸ ਆ ਜਾਣਾ ਤੇ ਜੇ ਬੱਚਾ ਖੇਡਦਾ ਖੇਡਦਾ ਖੇਡ ਵਿੱਚ ਵਧੇਰੇ ਰੁੱਝੇ ਫਿਰ ਮਾਂ ਦੌੜਦੀ ਦਾਦੀ ਦੌੜਦੀ ਪਿਤਾ ਦੌੜਦਾ ਵੀ ਮੇਰਾ ਨੌ ਨਿਹਾਲ ਮੇਰਾ ਫਿਰ ਜੰਗ ਕਿਉਂ ਨਹੀਂ ਆ ਰਿਹਾ। ਪਰ ਧੰਨ ਮਾਤਾ ਗੁਜਰੀ ਜੀ ਪਤਾ ਵੀ ਜਿੱਥੇ ਜਾ ਰਿਹਾ ਇਹਨਾਂ ਜੇ ਵਾਪਸ ਨਹੀਂ ਆਉਣਾ ਤੋਰ ਹੀ ਆਪਣੇ ਬੱਚਿਆਂ ਨੂੰ ਸੂਬਾ ਸਰਹੰਦ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ ਸਿਪਾਹੀ ਆਏ। ਧੰਨ ਮਾਤਾ ਗੁਜਰੀ ਜੀ ਆਪਣੇ ਬੱਚਿਆਂ ਨੂੰ ਆਖਰੀ ਸਿੱਖਿਆ ਦਿੱਤੀ ਬੇਟਿਓ ਮੈਂ ਤੁਹਾਨੂੰ ਸਿੱਖਿਆ ਦਿੰਦੀ ਆ ਤੁਹਾਨੂੰ ਬੜੇ ਵੱਡੇ ਹੋਰ ਡਰਾਵੇ ਦਿੱਤੇ ਜਾਣਗੇ ਤੁਹਾਨੂੰ ਬੜੇ ਲਾਜ ਦਿੱਤੇ ਜਾਣਗੇ ਪਰ ਬੇਟਿਓ ਜਿੰਨਾ ਚਿਰ ਤੱਕ ਤੁਹਾਡੇ ਸਰੀਰ ਦੇ ਅੰਦਰ ਇਹ ਸਵਾਸਾਂ ਦੀ ਲੜੀ ਚੱਲਦੀ ਹੈ ਨਾ ਵੇਖਿਓ ਕਿਤੇ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਦਾਗ ਨਾ ਲਾ ਦੇ। ਵਾਹਿਗੁਰੂ ਸਾਹਿਬਜ਼ਾਦਿਆਂ ਨੇ ਆਖਿਆ ਮਾਤਾ ਇਹ ਜ਼ਮਾਨਾ ਦੇਖੇਗਾ ਤੇਰੇ ਪੁੱਤਰ ਪੋਤਰੇ ਸਿੱਖੀ ਦੇ ਵਿੱਚ ਪੂਰੇ ਦੇ ਪੂਰੇ ਨੰਬਰ ਲੈ ਕੇ ਪਾਸ ਹੋਣਗੇ ਇਹ ਧੌਣਾ ਟੁੱਟ ਕੇ ਜਾਣਗੀਆਂ ਪਰ ਦੁਸ਼ਮਣ ਦੇ ਗਾਲੀ ਕਦੇ ਝੁਕਣਗੀਆਂ। ਸੱਚ ਹੈ ਸਾਹਿਬਜ਼ਾਦੇ ਚਾਰੇ ਸੂਬੇ ਦੀ ਕਚਹਿਰੀ ਥੱਲੇ ਪੁਲਸੀਏ ਆਪਣਾ ਦਾ ਪੇਚ ਖੇਡ ਰਹੇ ਹੋ ਸਾਹਿਬਜ਼ਾਦੇ ਅੱਜ ਸੂਬੇ ਦੇ ਇਰਾਦੇ ਵਿਗੜ ਗਏ ਜੇ ਜਾਨ ਬਚਾਉਣੀ ਜੇ ਨਾ ਤੇ ਤਰੇ ਤਬਦੀਲ ਕਰ ਦਿਓ ਸਲਾਮ ਜਾਂਦੇ ਬੁਲਾ ਦਿਓ ਆਂਦੇ ਵੱਡਾ ਗੇਟ ਵੀ ਕਚਹਿਰੀ ਦਾ ਬੰਦ ਕੀਤਾ ਗਿਆ ਛੋਟਾ ਦਰਵਾਜ਼ਾ ਬਾਰੀ ਖੁੱਲੀ ਰੱਖੀ ਗਈ ਸਾਹਿਬਜ਼ਾਦੇ ਆਉਣਗੇ ਪਹਿਲੋਂ ਸਿਰ ਨਵਾਉਣਗੇ ਤੇ ਜਦੋਂ ਸਿਰ ਬਾਰੀ ਖਾਣੀ ਕਰਨਗੇ ਤੇ ਕਹਿ ਦਿਆਂਗੇ ਵੀ ਸੂਬੇ ਸਰਹੰਦ ਨੂੰ ਸਾਹਿਬਜ਼ਾਦਿਆਂ ਨੇ ਸਲਾਮ ਬੁਲਾਤੀ ਹੈ ਸਿਰ ਨਵਾ ਲੈ ਪਰ ਉਹ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ ਜਾਣ ਉਹਨਾਂ ਪਹਿਲਾਂ ਆਪਣਾ ਪੈਰ ਕੱਢਿਆ ਬਾਰੀ ਜਾਲਮ ਨੂੰ ਜੁੱਤੀ ਵਿਖਾਈ ਹੈ ਤੇ ਔਖੇ ਹੋ ਕੇ ਧੌਣਾ ਲਗਾਇਆ ਤੇ ਅੱਗੇ ਨਾਲੋਂ ਵੀ ਬੁਲੰਦ ਆਵਾਜ਼ ਵਿੱਚ ਸਾਹਿਬਜ਼ਾਦਿਆਂ ਨੇ ਜਕਾਰਾ ਲਾਇਆ ਜਿੱਥੇ ਉਹਨਾਂ ਦੀ ਕੁੱਖ ਦਾ ਜਵਾਬ ਦੇਣ ਵਾਲਾ ਨਹੀਂ ਸੀ। ਸੂਬਾ ਸਰਹੰਦ ਵਜ਼ੀਰ ਖਾਨ ਸੜ ਪੜ ਕੇ ਕੋਲਾ ਹੋ ਗਿਆ ਉਹਨੇ ਆਖਿਆ ਉਹ ਸਾਹਿਬਜ਼ਾਦਿਓ ਜੇ ਇੰਨਾ ਮੰਨੇ ਤੇ ਜਿਉਂਦਿਆਂ ਨੂੰ ਨੀਂਹ ਦੇ ਵਿੱਚ ਚੜ ਕੇ ਰੱਖ ਦਿੰਦਾ ਮਾਰ ਕੇ ਤਲਵਾਰ ਤੁਹਾਡੇ ਸਿਰ ਕਲਮ ਕਰ ਦਿੰਦਾ। ਸਾਹਿਬਜ਼ਾਦਿਆਂ ਨੇ ਆਖਿਆ ਵਜ਼ੀਰ ਖਾਨ ਜੇ ਤੇ ਅਕਾਲ ਪੁਰਖ ਨੂੰ ਇਹੋ ਹੀ ਭੁੱਲਦਾ ਆਇਆ ਕਿ ਸਾਡੇ
अपने पुत्रां दे
ਵਿਆਹ ਸ਼ਾਦੀਆਂ ਦਾ ਕਰੇ ਇਹ 5-7 ਦਿਨ ਗਿਣਤੀ ਦੇ ਨਾ ਇਹਨਾਂ ਨੂੰ ਵਿਚਾਰ ਲਿਆ ਕਰੋ ਉਹ ਸਭ ਜਾਂਦੇ ਕਿਸੇ ਵੀ ਧਰਮ ਦੇ 7-9 ਸਾਲ ਦੇ ਬੱਚੇ ਨੂੰ ਕਿਸੇ ਨੇ ਅਜੇ ਤੱਕ ਬਾਬਾ ਨਹੀਂ ਦਿਆ ਇਹ ਉਹਨਾਂ ਦੀ ਮਹਾਨਤਾ ਦਾ ਚਿੰਨ ਹੈ ਜਿਨ੍ਹਾਂ ਨੇ ਕੌਮ ਨੂੰ ਇੱਕ ਲੀਡ ਦਿੱਤੀ ਆ ਔਰ ਜ਼ਿੰਦਗੀ ਜਿਉਣ ਦਾ ਨਵਾਂ ਢੰਗ ਸਿਖਾਇਆ ਉਹ ਫੁੱਲ ਜਿਨ੍ਹਾਂ ਨੂੰ ਜਰਾ ਜਿਹੀ ਤੱਤੀ ਪਾ ਲੱਗੇ ਨਾ ਤੇ ਉਹ ਕਮਲਾ ਸਕਦੇ ਸੀ ਜਿਨ੍ਹਾਂ ਨੇ ਸਾਨੂੰ ਖਿੜੇ ਮੱਥੇ ਰਹਿਣ ਦੀ ਜਾਚ ਸਿਖਾਈ ਉਹ ਸਨ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜਦੋਂ ਨਾ ਮੰਨੇ ਨੀਹਾਂ ਵੇਚਣ ਦਿੱਤਾ ਗਿਆ ਆਂਦੇ ਗੱਲ ਤੱਕ ਜਦੋਂ ਨਹੀਂ ਗਈ ਆ ਛਾਤੀਆਂ ਉੱਤੇ ਜਾਲਮਾਂ ਦੇ ਕੋਡੇ ਰੱਖ ਕੇ ਤੇ ਛੁਰੀਆਂ ਦੇ ਨਾਲ ਸ਼ੀਸ਼ ਕੀਤਾ ਇਹ ਗੱਲ ਕਹਿ ਦੇਣੀ ਸੁਣ ਲੈਣੀ ਲਿਖ ਲੈਣੀ ਬੜੀ ਸੌਖੀ ਆ ਆਪਣੇ ਧਰਮ ਵਿੱਚ ਪਰਪੱਕ ਨਾ ਰਹੀਏ ਨਾ ਤੇ ਫਿਰ ਸਾਡੇ ਤੋਂ ਬਦਕਿਸਮਤ ਬੰਦਾ ਦੁਨੀਆਂ ਵਿੱਚ ਹੋਰ ਕੋਈ ਨਹੀਂ ਹੋ ਸਕਦਾ ਗੁਰੂ ਕਿਰਪਾ ਕਰੇ ਟੋਡਰ ਮਨ ਨੂੰ ਪਤਾ ਲੱਗਾ ਸਿੰਘੋ ਅਸੀਂ ਤੇ ਇੰਨੇ ਨਿਸ਼ੁਕਰੇ ਹਾਂ ਕਿਤੇ ਗੁਰਮਤਿ ਸਮਾਗਮ ਹੋਏ ਨਾ ਤੇ ਪ੍ਰਬੰਧਕਾਂ ਨੂੰ ਕਈ ਕਈ ਗੱਲਾਂ ਸੁਣਨੀਆਂ ਪੈਂਦੀਆਂ ਇਹਨਾਂ ਪੈਸੇ ਵਿੱਚੋਂ ਰੱਖੇ ਆ ਪੈਸੇ ਖਾ ਕੇ ਜਾਂਦੇ ਇਕੱਠੇ ਕਰਦੇ ਦਿੱਤੇ ਥੋੜੇ ਲੱਗੇ ਥੋੜੇ ਪਰ ਉਹ ਮੋਟਰ ਮਨ ਜੋਰੀ ਜਿੰਨੀ ਉਹਦੀ ਪੂੰਜੀ ਸੀ ਨਾ ਜ਼ਿੰਦਗੀ ਦੀ ਇਕੱਠੀ ਕੀਤੀ ਸੋਨੇ ਦੀਆਂ ਖੜੀਆਂ ਮੋਹਰਾਂ ਰੱਖ ਕੇ ਤੇ ਉਹਨੇ ਸਾਹਿਬਜ਼ਾਦਿਆਂ ਵਾਸਤੇ ਉਹ ਸੰਸਕਾਰ ਵਾਸਤੇ ਜਾਲ ਸਰਕਾਰ ਦੇ ਕੋਲੋਂ ਉਹ ਜਗ੍ਹਾ ਦਿੱਤੀ ਜਿੱਥੇ ਅੱਜ ਸ੍ਰੀ ਜੋਤੀ ਸਰੂਪ ਗੁਰਦੁਆਰਾ ਹੈ ਸਭ ਤੋਂ ਦੁਨੀਆਂ ਵਿੱਚ ਮਹਿੰਗੀ ਸਥਾ ਹੈ ਜੋ ਸਿੱਖਾਂ ਦੇ ਕੋਲ ਹੈ ਉਹ ਹੈ ਗੁਰੂ ਕੇ ਸਿੱਖੋ ਜੋਤੀ ਸਰੂਪ ਗੁਰਦੁਆਰਾ ਸਾਹਿਬਜ਼ਾਦਿਆਂ ਨੂੰ ਬਹੁਤ ਛੋਟੀ ਉਮਰ ਵਿੱਚ ਸ਼ਹੀਦ ਕੀਤਾ ਗਿਆ ਉਹ ਟੋਡਰ ਮਨ ਜੋਰੀ ਜਿਹਦਾ ਅੱਜ ਦੀਵਾਨ ਹਾਲ ਹੈ ਉੱਥੇ ਲੱਖਾਂ ਸੰਗਤਾਂ ਬਹਿ ਕੇ ਜਸ ਛੱਡਦੀਆਂ ਉਹ ਵੀ ਦੁਨੀਆਂ ਉੱਤੇ ਜੋੜ ਜੋਗਾ ਆਪਣਾ ਨਾਂ ਛੱਡ ਗਿਆ ਸਤਿਗੁਰੂ ਕਿਰਪਾ ਕਰੇ